ਕਰਵਾ ਚੌਥ ਦਾ ਤਿਉਹਾਰ ਔਰਤਾਂ ਵੱਲੋਂ ਆਪਣੇ ਜੀਵਨ ਸਾਥੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਮਨਾਇਆ ਗਿਆ। ਹੱਥਾਂ 'ਤੇ ਮਹਿੰਦੀ ਲਵਾਈ ਗਈ। ਉੱਥੇ ਕਈ ਮਹੀਨਿਆਂ ਤੋਂ ਸੁੰਨਸਾਨ ਪਏ ਬਾਜ਼ਾਰ 'ਚ ਕੁਝ ਰੌਣਕ ਦੇਖਣ ਨੂੰ ਮਿਲੀ। ਮਿਠਾਈ, ਫਲ ਫਰੂਟ ਅਤੇ ਮਨਿਆਰੀ ਦੀਆਂ ਦੁਕਾਨਾਂ 'ਤੇ ਭੀੜ ਦੇਖੀ ਗਈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਖੁੱਲ੍ਹਦਿਲੀ ਨਾਲ ਖਰਚਾ ਵੀ ਕਰਵਾਉਂਦੀਆਂ ਨੇ। ਇਸ ਰੌਣਕ ਦੇ ਨਾਲ ਨਾਲ ਔਰਤਾਂ ਦੇ ਹੱਥ ਮਹਿੰਦੀ ਨਾਲ ਰੰਗੇ ਗਏ ਤੇ ਰੰਗਣ ਵਾਲਿਆਂ ਨੇ ਵੀ ਆਪਣੇ ਹੱਥ ਖੂਬ ਰੰਗੇ ਹੋਏ ਸਨ। ਕਰਵਾ ਚੌਥ ਭਾਰਤੀ ਸੰਸਕ੍ਰਿਤੀ ਵਿੱਚ ਸੁਹਾਗਣਾ ਦਾ ਬਹੁਤ ਹੀ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇਹ ਪਵਿੱਤਰ ਤਿਉਹਾਰ ਸਾਲ ਵਿੱਚ ਇੱਕ ਵਾਰੀ ਆਉਂਦਾ ਹੈ। ਅਸੀਂ ਬਾਜ਼ਾਰ ਵਿੱਚ ਚੂੜੀਆਂ ਆਦੀ ਔਰ ਮਹਿੰਦੀ ਵੀ ਲਗਾਉਂਦੇ ਹਾਂ ਅਤੇ ਸੁਬਹ ਉੱਠ ਕੇ 4 ਵਜੇ ਸਰਗੀ ਖਾ ਕੇ ਇਹ ਪਵਿੱਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਔਰ ਮਹਿੰਦੀ ਵਗੈਰਾ ਲਵਾਈ, ਸ਼ੋਪਿੰਗ ਕੀਤੀ। ਚੌਥ ਦਾ ਤਿਉਹਾਰ 5 ਸਾਲ 'ਚ ਮੈਂ ਰੱਖਦੀ ਪਈ ਹਾਂ ਅਤੇ 4 ਵਜੇ ਉੱਠ ਕੇ ਸਰਗੀ ਖਾਂਦੇ ਹਾਂ ਅਤੇ ਇਹ ਸਾਲ ਤਿਉਹਾਰ ਵਿੱਚ ਇੱਕ ਵਾਰ ਆਉਂਦਾ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਅਸੀਂ ਬਹੁਤ ਸਾਰੀ ਸ਼ੋਪਿੰਗ ਕਰਦੇ ਹਾਂ, ਮਹਿੰਦੀ ਲਾਉਂਦੇ ਹੱਥ ਵਿੱਚ ਅਤੇ ਬਹੁਤ ਵਧੀਆ ਖੁਸ਼ੀ ਨਾਲ ਤਿਉਹਾਰ ਮਨਾਉਂਦੇ ਹਾਂ। ਇਹ ਮੁੱਖ ਤਿਉਹਾਰ ਅਸੀਂ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਮਨਾਉਂਦੇ ਹਾਂ ਅਤੇ ਰੱਬ ਕਰੇ 2 ਸਾਲ ਅਸੀਂ ਇਸ ਨੂੰ ਮਨਾਈ ਚੱਲੀਏ। ਤਪਾ ਮੰਡੀ ਤੋਂ ਜਾਟ ਟੀਵੀ ਨਿਊਜ਼ ਦੇ ਲਈ ਨਰੇਸ਼ ਗਰਗ ਦੀ ਰਿਪੋਰਟ।